ਅਸਲਾਮ ਅਲੈਕੁਮ ਬੇਲੀਓ ਕੀ ਹਾਲ ਚਾਲ ਹੈ ਖੈਰ ਖਰੀਦ ਨਾਲ ਹੈਗੇ ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਦ ਨਾਲ ਹੋਣਗੇ ਦੋਸਤੋ ਅੱਜ ਅਸੀਂ ਮੌਜੂਦ ਹੈਗੇ ਆ ਫੈਸਲਾਬਾਦ ਬਾਈਪਾਸ ਦੇ ਉੱਤੇ ਫਾਟਕ ਤੇ ਅਬਾਸਪੁਰ ਫਾਟਕ ਦੇ ਨਾਲ ਮੀਆਂ ਸ਼ਹਿਦ ਰਸ਼ੀਦ ਸਾਹਿਬ ਦੇ ਫਾਰਮ ਦੇ ਉੱਤੇ ਔਰ ਸਾਡੇ ਨਾਲ ਮੌਜੂਦ ਨੇ ਮਾਰ ਜ਼ੁਲਫਕਾਰ ਬਰਾਲ ਸਾਹਿਬ ਉਸਤਾਦਾਂ ਦੇ ਉਸਤਾਦ ਹਨ ਪਹਿਲੇ ਇੱਕ ਵੀਡੀਓ ਮੈਂ ਲੱਗੀ ਹੋਈ ਹੈ ਮੇਰੇ ਚੈਨਲ ਦੇ ਉੱਤੇ ਮਲਕ ਨਜ਼ੀਰ ਫਲੋਰ ਮਿਲ ਵਾਲਿਆਂ ਦਾ ਸ਼ੌਕ ਵਖਾਇਆ ਭਾਈ ਕাইয়ੂਮ ਬਰਾਲ ਉਹ ਵੀ ਸਾਡੇ ਨਾਲ ਮੌਜੂਦ ਹਨ ਔਰ ਉਹਨਾਂ ਦੇ ਉਸਤਾਦ ਔਰ ਬਰਾਲ ਜਮਦਾ ਹੀ ਉਸਤਾਦ ਹੁੰਦਾ ਠੀਕ ਹੈ ਨਾ ਜੀ ਕੋੜਿਆਂ ਵਾਲੋਂ ਉਸਤਾਦੀ ਵਾਲੋਂ ਘੋੜੇ ਪੱਦਣ ਵਾਲੋਂ ਇਹ ਇਸ ਖਾਸ ਇਸ ਧਰਤੀ ਨੂੰ ਖਾਸ ਫੈ ਫੈਜ਼ਾਤ ਸੱਲੇ ਭਾਈ ਬਰਾਲ ਮਾਲ ਜਿਹੜਾ ਹੁੰਦਾ ਨਾ ਜੀ ਉਹ ਉਸਤਾਦ ਹੁੰਦਾ ਤੇ ਮੀਆਂ ਸਾਹਿਬ ਦੇ ਫਾਰਮ ਦੇ ਉੱਤੇ ਮੌਜੂਦ ਹੈਗੇ ਔਰ ਮਾਸ਼ਾਅੱਲਾ ਖੂਬਸੂਰਤ ਸ਼ੌਕ ਹੈ ਬਰਾਲ ਸਾਹਿਬ ਕੋਲ ਇਹਨਾਂ ਘੋੜਿਆਂ ਦੇ ਬਾਰੇ ਪੁੱਛਦੇ ਆਂ ਸ਼ੌਕ ਸ਼ਿਕਾਰ ਦੇ ਬਾਰੇ ਪੁੱਛਦੇ ਆਂ ਔਰ ਅੱਜ ਦੀ ਸਾਡੀ ਇਹ ਲੀਡ ਹਮੇਸ਼ਾ ਦੀ ਤਰ੍ਹਾਂ ਭਾਈ ਯਾਸਰ ਅਲੀ ਟਿਵਾਣਾ ਸਾਹਿਬ ਨੇ ਉਹ ਸਾਨੂੰ ਫਾਰਮ ਤੇ ਲੈ ਕੇ ਆਏ ਔਰ ਮੈਂ ਅੱਜ ਚੁੱਕ ਮੰਡੀ ਆਈ ਤੰਦਨੇ ਵਾਲਾ ਮੰਡੀ ਤੇ ਨਹੀਂ ਗਿਆ ਮੈਂ ਫਾਰਮ ਦੇ ਉੱਤੇ ਆਇਆ ਔਰ ਅੱਛਾ ਸ਼ੌਕ ਦੋਸਤਾਂ ਨੂੰ ਕਰਾਉਣ ਵਾਸਤੇ ਆਇਆ ਤੇ ਸ਼ੌਕ ਘੋੜੇ ਬੰਨੇ ਆ ਉਸਤਾਦ ਨਾਲ ਗੱਪਸ਼ਪ ਕਰਦੇ ਆਂ ਰਹਿਣਾ ਸਾਡੇ ਨਾਲ ਵੀਡੀਓ ਅਸਲਾਮੁਅਲੈਕੁਮ ਜਨਾਬ ਜੀ ਵੈਲਕਮ ਸਲਾਮ ਜੀ ਉਸਤਾਦ ਜੀ ਕੀ ਹਾਲ ਹੈ ਜੀ ਖਰੀਅਤ ਹੈ ਉਸਤਾਦ ਜੀ ਮੁਕੰਮਲ ਆਪਣਾ ਤਾਰਫ ਕਰਾਓ ਜ਼ਰਾ ਜੀ ਮੈਂ ਜ਼ੁਲਫਕਾਰ ਬਰਾਲ ਜੀ ਢੀਂਗਾ ਵਾਲਾ ਅੱਛਾ ਫੈਸਲਾਬਾਦ ਹਮ ਹ ਇਹ ਜੀ ਫਾਰਮ ਜਿਹੜਾ ਇਹਨਾ ਮੀਆਂ ਸ਼ਾਦ ਰਸ਼ੀਦ ਦਾ ਹੈ ਮੀਆਂ ਸ਼ਾਦ ਰਸ਼ੀਦ ਦਾ ਇਹ ਘੋੜੇ ਜੀ ਮੀਆਂ ਸ਼ਾਦ ਰਸ਼ੀਦ ਦੇ ਨੇ ਮੀਆਂ ਸਾਹਿਬ ਦੇ ਘੋੜੇ ਜੀ ਲੈ ਕੇ ਦਿੱਤੇ ਨੇ ਮੈਂ ਉਹ ਸ਼ਰਗਦ ਵੀ ਹੈ ਮੇਰਾ ਅੱਛਾ ਤੇ ਬਰਾਵੀ ਹੈ ਸਾਡਾ ਅੱਛਾ ਤੇ ਇਹ ਅਸੀਂ ਸਿਸਟਮ ਬਣਾਇਆ ਹੋਇਆ ਹੈ ਇੱਥੇ ਅੱਛਾ ਹਾਂ ਅਸੀਂ ਰਲ ਕੇ ਘੋੜੇ ਬਜਾਉਂਦੇ ਵੀ ਆਂ ਮਾਸ਼ਾਅੱਲਾ ਹੁਣ ਉਹ ਬੜਾ ਅੱਛਾ ਸਵਾਰ ਬਣ ਗਿਆ ਹੈ ਅੱਛਾ ਤੇ ਬੜਾ ਠੀਕ ਬੈਦਾ ਹੈ ਘੋੜੇ ਠੀਕ ਬਜੰਦਾ ਹੈ ਤੇ ਅਸੀਂ ਇਹ ਰਲ ਕੇ ਸਾਰਾ ਕਰਦੇ ਮਾਜੀ ਆਪਣੇ ਕਲੱਬ ਦਾ ਨਾਂ ਕੀ ਹੈ ਜੀ ਅਲੀ ਹਜ ਮੇਰੀ ਕਲੱਬ ਅਲੀ ਹਜਵੇਰੀ ਟੈਂਟ ਪੈਕਿੰਗ ਕਲਾਬ ਠੀਕ ਹੋ ਗਿਆ ਤੇ ਉਸਤਾਦ ਜੀ ਪਹਿਲੇ ਆਪਨਾ ਸਾਨੂੰ ਦੱਸੋ ਨਾ ਜੀ ਬਕੀਤ ਵੀ ਤੁਸੀਂ ਪੀੜੀ ਤੋਂ ਉਸਤਾਦ ਦੀ ਸ਼ਾਗਿਰਦੀ ਚਲਦੀ ਆਂਦੀ ਹੈ ਤੁਸੀਂ ਕਿਹਦੇ ਚ ਸ਼ਗਿਰਦ ਹੋ ਤੁਹਾਡਾ ਉਸਤਾਦ ਕੌਣ ਆਈ ਜੀ ਮੇਰਾ ਉਸਤਾਦ ਆਈ ਜੀ ਮਹਾਰਾ ਜਹਾਂਗੀਰ ਬਰੋਲ ਅੱਛਾ ਆਪ ਹੀ ਤੇਰੇ ਮੇਰਾ ਅੱਛਾ ਆ ਮੈਂ ਉਹਦਾ ਸ਼ਰਗਿਰਦ ਹਾਂ ਅੱਛਾ ਤੇ ਮੈਂ ਥੋੜਾ ਜਿਹਾ ਛੋਟੇ ਜੇ ਅਰਸੇ ਤੋਂ ਇਹ ਕੰਮ ਕਰਨ ਲੱਗਾ ਮਤਲਬ ਬਚਪਨ ਤੋਂ ਹੀ ਬਚਪਨ ਉਸ ਫੀਲਡ ਦੇ ਵਿੱਚ ਆ ਆ 14-15 ਸਾਲ ਤੋਂ ਇਹ ਮੈਂ ਕੰਮ ਕਰਨ ਲੱਗਾ ਹੂੰ ਹੂੰ ਤੇ ਇਸੇ ਫੀਲਡ ਵਿੱਚ ਹੀ ਰਹਾ ਆਪਣੇ ਕੋਈ ਘਰ ਦੇ ਵੀ ਘੋੜੇ ਰਹਿਣ ਜੀ ਆਪਣੇ ਘਰ ਦੇ ਵੀ ਰਹਿਣ ਤੁਸੀਂ ਹੁਣ ਘੋੜਿਆਂ ਨੂੰ ਤਿਆਰ ਕਰਦੇ ਹੋ ਸਾਰੇ ਜੀ ਤਿਆਰ ਕਰਦੇ ਆ ਜੀ ਕੀ ਕੀ ਚਾਲ ਸਿਖਾਉਂਦੇ ਹੋ ਕੀ 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 ਵਾਲ ਸਿਖਾਉਂਦੇ ਹੋ ਘੋੜਿਆਂ ਨੂੰ ਜੀ ਅਸੀਂ ਥੋੜੀ ਜੀ ਘੋੜੇ ਦੀ ਚਾਲ ਬਣਵਾਇਨੇ ਆ ਅੱਛਾ ਤੇ ਉਹਨਾਂ ਨੂੰ ਬਜਾਈਨੇ ਆ ਹਾਂਜੀ ਤੇ ਬਜਾਵਣ ਦੇ ਅਸੂਲ ਸਾਡੇ ਕੋਲ ਹੈ ਨੇ ਅੱਛਾ ਉਹ ਤਾਂ ਹੁਣ ਬਰਾਲਾ ਕੋਲ ਨਹੀਂ ਹੋਣੇ ਤਾਂ ਹੋਰ ਕਹੀਂ ਦੇ ਕੋਲੋਂ ਨੇ ਮੋੜ ਹਾਂਜੀ ਜੀ ਤੇ ਜਿਹੜਾ ਡੋਲਰ ਡੋਲਰ ਬਰਾਲ ਆ ਜੀ ਔਰ ਜਿਨਾ ਦਾ ਕੱਕਾ ਪਹਿਲੇ ਉਹ ਬਜ਼ੁਰਗਾਂ ਦਾ ਕੀ ਨਾਂ ਉਹਨਾਂ ਦਾ ਬਾਦਰ ਬਹਾਦਰ ਖਾਨ ਬਾਦਰ ਖਾਨ ਬਾਦਰ ਖਾਨ ਉਹ ਕੀ ਲੱਗਦਾ ਆਪਣਾ ਉਹ ਦੀ ਬਰਾਦਰੀ ਹੈ ਆਪਣੀ ਅੱਛਾ ਬਰਾਦਰੀ ਰਿਸ਼ਤੇਦਾਰੀ ਵੀ ਹੋਣੀ ਰਿਸ਼ਤੇਦਾਰੀ ਵੀ ਹੈ ਬਰਾਦਰੀ ਵੀ ਹੈ ਸਾਡੇ ਲੰਬਰਦਾਰ ਵੀ ਆ ਹਨ ਹਾਂਜੀ ਹਾਂ ਚਲੋ ਮਾਸ਼ਾਅੱਲਾ ਤੇ ਇੱਥੇ ਹੁਣ ਫਾਰਮ ਤੇ ਆਪਣੇ ਕੋ ਕਿੰਨੇ ਘੋੜੇ ਖੜੇ ਇੱਥੇ ਜੀ ਸਾਡੇ ਕੋ 7 ਘੋੜੇ ਖੜੇ 7 ਘੋੜੇ ਖੜੇ ਜੀ 7 ਘੋੜੇ ਖੜੇ ਚਲੋ ਸਾਨੂੰ ਦਿਖਾਓ ਜੀ ਇੱਕ ਇੱਕ ਕਰਕੇ ਐਸ ਘੋੜੇ ਦੀ ਤਾਰੀਫ ਦੱਸੋ ਸਾਨੂੰ ਇਹ ਘੋੜਾ ਜਿਹੜਾ ਜੀ ਇਹ ਇਹ ਜੀ ਨਿਰਾਲਾ ਘੋੜਾ ਜਿਹੜਾ ਗੁਜਰਾں ਕੋਲ ਆ ਜੀ ਪਿੰਡੀ ਵਾਲਿਆਂ ਕੋਲ ਪਿੰਡੀ ਵਾਲਿਆਂ ਕੋਲ ਹਾਂਜੀ ਉਸ ਦੀ ਬੱਚੀ ਹੈ ਜਿਸ ਦਾ ਇਹ ਬੱਚਾ ਹੈ ਅੱਛਾ ਇਹ ਜੁੱਲੇ ਨਰਗਾਣੇ ਕੋਲੇ ਘੋੜਾ ਜੀ ਕੁਮੈਤ ਰੰਗ ਦਾ ਅੱਛਾ ਜੀ ਉਸ ਦਾ ਬੱਚਾ ਹੈ ਅੱਛਾ ਇਹ ਅਮੀਰ ਬੰਦਿਆਲ ਕੋਲ ਜੰਮਿਆ ਜਾਇਆ ਹੈ ਅੱਛਾ ਸਾਰਾ ਉਸੇ ਕੋ ਰਹਾ ਹੈ ਹਾਂ ਉਸ ਮਿਹਰਬਾਨੀ ਕੀਤੀ ਤੇ ਉਹ ਸਾਨੂੰ ਦੇ ਦਿੱਤਾ ਠੀਕ ਠੀਕ ਅਸੀਂ ਇਹਨੂੰ ਬਜਾਇਆ ਹੈ ਅਸੀਂ ਇਹਨੂੰ ਤਿਆਰ ਕੀਤਾ ਹੈ ਤੇ ਅਸੀਂ ਇਹਨੂੰ ਬੜੀ ਸ਼ੌਕ ਨਾਲ ਤੇ ਬੜੀ ਮੁਹੱਬਤ ਨਾਲ ਤੇ ਬੜੇ ਪਿਆਰ ਨਾਲ ਰੱਖਿਆ ਹੋਇਆ ਇਹ ਦੀ ਕੀ ਉਮਰ ਹੈ ਘੋੜੇ ਦੀ ਇਹ ਜੀ ਉਮਰ ਹੁਣ 9 5 ਲੱਗਾ ਜੀ 9 5 ਲੱਗਾ ਹੋਇਆ ਜੀ 9 5 ਲੱਗਾ ਇਹ ਪਿਓਰ ਬਰਾਲ ਬਲੱਡ ਲਾਈਨ ਹੈ ਜੀ ਇਹ ਪਿਓਰ ਪਿਓਰ ਅੱਛਾ ਜੀ ਆ 9 5 ਲੱਗਾ ਹੋਇਆ ਤੇ ਕਿਤਵੀਂ ਪੱਟੀ ਪਈਦਾ ਇਹ ਜੀ ਪਹਿਲੀ ਪੱਟੀ ਪਈਦਾ ਪਹਿਲੀ ਪੱਟੀ ਪਈਦਾ ਤੇ ਘੋੜਿਆਂ ਕੋਲ ਕੋਈ ਸਰਵਿਸ ਵੀ ਲੈਂਦੇ ਹੋ ਤੁਸੀਂ ਕੋਈ ਘੋੜੀਆਂ ਤੇ ਕ੍ਰਾਸ ਵੀ ਕਰਵਿੰਦੇ ਹੋ ਕੋਈ ਨਹੀਂ ਜੀ ਕਰਾਈਨੇ ਅੱਛਾ ਜੀ ਆ ਚਲੋ ਬਿਹਤਰ ਹੋ ਗਿਆ ਤੇ ਘੋੜਾ ਕਿਵੇਂ ਗਰਾਉਂਡ ਦਾ ਕੀ ਹੋ ਜਾ ਮੁਰਕਕੇ ਤਾ ਹੁਣ ਪੁੱਛਣ ਵਾਲੀ ਗਾਲ ਤਾਂ ਕੋਈ ਨਹੀਂ ਲੇਕਿਨ ਇਹ ਆ ਬਈ ਸਾਡੇ ਕੋਲ ਦੋਸਤ ਨਵੇਂ ਵੇਖਣ ਆ ਲਿਉਂਦੇ ਨੇ ਨਾ ਵਾਸ ਜੀ ਇਹ ਬਹੁਤ ਦਨਾ ਘੋੜਾ ਹੈ ਹਮ ਬੜਾ ਅਸੂਲਾਂ ਨਾਲ ਬੈਦਾ ਹੈ ਹਾਂਜੀ ਕੋਈ ਬਾਤ ਤਮੀਜ਼ੀ ਨਹੀਂ ਘੋੜੇ ਕੋਲ ਅੱਛਾ ਬੜਾ ਅੱਛਾ ਫਿਰਦਾ ਹੈ ਬੜਾ ਅੱਛਾ ਤੇ ਹੌਸਲੇ ਨਾਲ ਹਾਂ ਬੈਦਾ ਹੈ ਹਾਂ ਆ ਬਹੁਤ ਹੀ ਚੰਗਿਆਂ ਤੇ ਬੜੇ ਮਿਆਰੀ ਘੋੜਾ ਹੈ ਮਿਆਰੀ ਘੋੜਾ ਮਿਆਰੀ ਘੋੜਾ ਠੀਕ ਹੁਣ ਅਗਲਾ ਘੋੜਾ ਕਿਹੜਾ ਵਿਖਾਉਂਦੇ ਸਾਨੂੰ ਜੀ ਅਗਲਾ ਘੋੜਾ ਵੀ ਤੁਹਾਨੂੰ ਜੀ ਕੱਕਾ ਵਿਖਾਈਂ ਇਸੇ ਕੱਕੇ ਵਲਾਡੰਦੇ ਵਿੱਚ 마शाल्लाह ਚਲੋ ਲੈਓ ਜੀ ਜੀ ਉਸਤਾਦ ਜੀ ਇਸ ਘੋੜੇ ਦੇ ਬਾਰੇ ਦੱਸਿਆ ਜੀ ਇਹ ਜੀ ਘੋੜਾ ਇਹ ਪਿਓਰ ਕੱਕਿਆਂ ਦੇ ਵਿੱਚੋਂ ਅੱਛਾ ਇਹ ਪਿਓਰ ਕੱਕਿਆਂ ਦੇ ਕਿਵੇਂ ਪਿਓਰ ਕੱਕਿਆਂ ਦੇ ਜੀ ਇਹ ਜੀ ਜਿਹੜਾ ਬਾਬੇ ਗੁਕਰ ਕੋਲ ਆਈ ਨਾ ਨੁਕਰਾ ਘੋੜਾ ਅੱਛਾ ਗੁਕਰ ਸਾਈਂ ਵਾਲਾ ਗੁਕਰ ਸਾਈਂ ਵਾਲਾ ਹਾਂ ਜੀ ਇਹ ਉਸ ਘੋੜੇ ਦਾ ਬੱਚਾ ਹੈ ਅੱਛਾ ਜਿਹੜੀ ਇਸ ਦੀ ਮਾਂ ਹੈ ਉਹ ਫਖਰੇ ਮਿਸਰ ਹਾਲ ਦੀ ਬੱਚੀ ਹੈ ਹਾਂ ਜੀ ਤੇ ਜਿਹੜਾ ਉਹ ਨੁਕਰਾ ਘੋੜਾ ਆਈ ਬਾਬੇ ਗੁਕਰ ਸਾਈਂ ਵਾਲਾ ਹਾਂ ਜੀ ਉਹ ਕਰਮਾਲੇ ਦਾ ਬੱਚਾ ਹੈ ਅੱਛਾ ਉਹ ਕਰਮਾਲੇ ਦਾ ਉਹ ਕਰਮਾਲੇ ਦਾ ਬੱਚਾ ਹੈ ਠੀਕ ਠੀਕ ਜੀ ਆ ਇਹ ਪਿਓਰ ਕੱਕਿਆਂ ਦੇ ਵਿੱਚੋਂ ਹੈ ਅੱਛਾ ਉਸਤਾਦ ਜੀ ਮੈਨੂੰ ਇੱਕ ਗੱਲ ਤਾਂ ਦੱਸੋ ਜੀ ਸਾਡੇ ਨਾਲ ਹੁਣ ਇੱਕ ਰੌਲਾ ਪਿਆ ਹੋਇਆ ਜੀ ਹਰ ਬੰਦੇ ਦੀ ਡਿਮਾਂਡ ਹੈ ਬਘੋੜੀ ਕੋੜਾ ਹੋਵੇ 62 63 64 ਇੰਚ ਜੀ ਆ ਉਸ ਤੋਂ ਘਾਟੇ ਅੰਦਰ ਗੱਲ ਹੀ ਨਾ ਕਰੋ ਸਾਡੇ ਜੀ ਆ ਮੈਨੂੰ ਇਹ ਦੱਸੋ ਕਿ ਗਰਾਊਂਡ ਪਰਫਾਰਮੈਂਸ ਜਿਹੜੀ ਹੁੰਦੀ ਹੈ ਜੀ ਆ ਉਹ ਕੱਦ ਤੇ ਡਿਪੈਂਡ ਕਰਦੀ ਹੈ ਜਾਂ ਨਸਲ ਤੇ ਡਿਪੈਂਡ ਕਰਦੀ ਹੈ ਉਹ ਜੀ ਨਸਲ ਤੇ ਕਰਦੀ ਹੈ ਅੱਛਾ ਹਾਂ ਕੱਦ ਮੈਟਰ ਨਹੀਂ ਕਰਦਾ ਨਹੀਂ ਕਰਦਾ ਅੱਛਾ ਮੈਂ ਮਤਲਬ ਕਿ ਕੋਈ ਉਹਦੇ ਵਿੱਚ ਮਤਲਬ ਕਿ ਵੱਡਾ ਘੋੜਾ ਹੋਵੇ ਬੂੰ ਵੱਡਾ ਹੋਵੇ ਬਾਡੀ ਵਾਲਾ ਹੋਵੇ ਸੋਹਣਾ ਹੋਵੇ ਤੇ ਵਿੱਚ ਨੂਰ ਕੋਈ ਨਾ ਹੋਵੇ ਹਾਂਜੀ ਤਾਂ ਉਸ ਦਾ ਕੋਈ ਫਾਇਦਾ ਹੈ ਇਹ ਹੁਣ ਤੁਹਾਡੇ ਮਾਸ਼ਾਅੱਲਾ ਨਾਰਮਲ ਕੱਪ ਦੇ ਘੋੜਾ ਹੈ ਜਿਹੜਾ ਜੀ ਨਾਰਮਲ ਇਹਦੀ ਪਰਫਾਰਮੈਂਸ ਕੀ ਹੈ ਗਰਾਊਂਡ ਦੇ ਵਿੱਚ ਕੀ ਹੋ ਜਾਏ ਇਹ ਜੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜੇ ਸੀ ਗਰਾਊਂਡ ਵਿੱਚ ਵਧੋ ਸੀ ਉਸ ਵੇਲੇ ਛੋਟਾ ਵੀ ਨਾ ਸੀ ਹਾਂਜੀ ਉਹ ਸੜੇ ਵੱਡਾ ਵੀ ਸਾਰਿਆਂ ਤੂੰ ਅਸੀਂ ਤੇ ਬੱਜਣ ਵਿੱਚ ਵੀ ਘੋੜਾ ਦਾ ਸੁੜੇ ਸੀ ਕਿ ਘੋੜੇ ਇਹ ਇੱਕ ਯੋਮ ਗੱਲ ਕੀਤੀ ਆ ਵੀ ਘੋੜਾ ਥਾਨ ਤੇ ਖਲਾ ਹੋਰ ਇਹ ਗਰਾਊਂਡ ਦੇ ਵਿੱਚ ਜਾ ਕੇ 2 ਇੰਚ ਵਧ ਜਾਂਦਾ ਹੈ ਫਾਟੇ ਬਰਾਣਾ ਨੇ ਵਧ ਜਾਂਦਾ ਇਹ ਪੱਕੀ ਗੱਲ ਹੈ ਅੱਛਾ ਆ ਇਹ ਪੱਕੀ ਗੱਲ ਹੈ ਚਲੋ ਹਾਂ ਇਸ ਗੱਲ ਇਹ ਕੋਈ ਸ਼ੱਕ ਨਹੀਂ ਇਹ ਕਿਹ ਮਾਰੇ ਥਾਨ ਤੇ ਖੜੇ ਹੋ ਰਹੇ ਨੇ ਹਮ ਚੜਿਆ ਹੋ ਰਹੇ ਨੇ ਗਰਾਊਂਡ ਵਿੱਚ ਵਧਿਆ ਹੋ ਰਹੇ ਬੈਟਰ ਹੋ ਗਿਆ ਜੀ ਇਹ ਨਵੇਂ ਪੰਜ ਲੱਗਦਾ ਪਿਆ ਜੀ ਨਵੇਂ ਪੰਜ ਲੱਗਦਾ ਹਾਂ ਇਹ ਜੀ ਅਸੀਂ ਦੋ ਚਾਰ ਪਟੀਆਂ ਜੇ ਬਜਾਇਆ ਹੈ ਹਾਂ ਅਗਲੇ ਨੇ ਢਿੰਗ ਵਾਲੇ ਵੀ ਅਸੀਂ ਬਜਾਇਆ ਹੈ ਕਬੱਡੀ ਹਾਂ ਹਾਂ ਜੀ ਆ ਚਲੋ ਮਾਸ਼ਾਅੱਲਾ ਅਗਲਾ ਘੋੜਾ ਲਿਆਓ ਜੀ ਸਾਜੀ ਇਸ ਘੋੜੇ ਦੀ ਕੀ ਤਾਰੀਫ ਹੈ ਦੀ ਉਮਰ ਕਿਤਨੀ ਹੈ ਘੋੜੇ ਦੀ ਇਹ ਜੀ ਉਮਰ ਇਸ ਦੀ ਇਹ ਵੀ ਪੰਜ ਲੱਗਦਾ ਪਿਆ ਜੀ ਪੰਜ ਲੱਗਦਾ ਪਿਆ ਪੰਜ ਲੱਗਦਾ ਪਿਆ ਠੀਕ ਹੋ ਗਿਆ ਰੰਗ ਸ਼ਾਹਜ਼ਾ ਨੂੰ ਕੁਮੈਤ ਬਣ ਗਿਆ ਜੀ ਕੁਮੈਤ ਹਾਂ ਜੀ ਸ਼ਾਹ ਗੱਡੀ ਕੁਮੈਤ ਤੇ ਕਾਦੇ ਵੀ ਇਹ ਦਾ ਸਿਕੰਦਰੀ ਹੈ ਮਤਲਬ ਨਾਰਮਲ ਕਾਦੇ ਨਾਰਮਲ ਕਾਦੇ ਜੀ ਨਾਰਮਲ ਕਾਦੇ ਮੈਂ ਤਾਂ ਸਾਰੇ ਘੋੜੇ ਤੁਹਾਡੇ ਵੇਂਦਾ ਪਿਆ ਬਈ ਉਹ ਨਾਰਮਲ ਕਾਦੇ ਹਨ ਔਰ ਮਜ਼ਬੂਤ ਘੋੜੇ ਲੱਗਦੇ ਪੈਣ ਬਈ ਅੱچھے ਘੋੜੇ ਅੱچھے ਬਲੱਡ ਵਾਈਜ਼ ਅੱچھے ਨੇ ਜੀ ਇਨਸ਼ਾਅੱਲਾ ਮਜ਼ਬੂਤ ਵੀ ਆਣ ਅੱਛਾ ਤੇ ਇਹ ਆਪਣੇ ਕਾਦੇ ਗਰਾਊਂਡ ਤੇ ਚੁਲਕਾ ਵੀ ਜਾਂਦੇ ਹਨ ਹਾਂ ਜੀ ਇੱਕੇ ਵਕਾਦ ਕਿਵੇਂ ਲੁਕੈਂਦਾ ਘੋੜਾ ਗਰਾਊਂਡ ਦੇ ਵਿੱਚ ਇਹ ਜੀ ਇਹ ਥੋੜਾ ਜਿਆਦਾ ਦੱਸੋ ਇਹ ਜੀ ਇਹਨਾਂ ਦੀ ਕੋ ਖੁਦਾਈ ਗੁਜਰਾਤ ਇਹਨਾਂ ਦੇ ਵਿੱਚ ਹਾਂ ਜੀ ਇਹ ਸਵੇੜੇ ਇਹਨਾਂ ਤੇ ਬੰਦਾ ਚੜ ਜਾਂਦਾ ਇਹਨਾਂ ਹਾਂ ਜੀ ਉਹ ਸਵੇੜੇ ਹੋਰ ਹੋ ਜਾਂਦੇ ਨੇ ਹਾਂ ਜੀ ਉਹ ਸਵੇੜੇ ਇਹਨਾਂ ਨੂੰ ਜਿਵੇਂ ਕਹੇ ਖੁਸ਼ੀ ਤੋਂ ਉਸਰ ਜਾਂਦੀ ਹੈ ਨਾ ਇਹ ਇਹਨੂੰ ਸਰਦੇ ਨੇ ਤੇ ਚੜਦੇ ਨੇ ਪੇੜ ਦੇ ਵਿੱਚ ਚੜਦੇ ਨੇ ਸਰਦੇ ਨੇ ਕਈ ਘੋੜੇ ਹੁੰਦੇ ਲੁਕਦੇ ਨੇ ਪਿੰਡ ਦੇ ਵਿੱਚ ਹਾਂਜੀ ਇਹ ਪਿੰਡ ਦੇ ਵਿੱਚ ਬੜੇ ਹਾਂ ਜਿਹੜਾ ਇਹ ਖੁਸ਼ ਹੁੰਦੇ ਨੇ ਹਾਂਜੀ ਕਿ ਅਸੀਂ ਗਰਾਊਂਡ ਦੇ ਵਿੱਚ ਵੜ ਗਏ ਆ ਅਸੀਂ ਭਜਣਾ ਹੈ ਤੇ ਇਹ ਲੁਕਦੇ ਨਹੀਂ ਮਾਸ਼ਾਅੱਲਾ ਇਸ ਘੋੜੇ ਦਾ ਕੀ ਨਾਂ ਰੱਖਿਆ ਹੋਇਆ ਨੇ ਇਹਦਾ ਨਾਂ ਜੀ ਯਕੂਤ ਯਕੂਤ ਇਹ ਹੈ ਵੀ ਮਾਸ਼ਾਅੱਲਾ ਸੋਹਣਾ ਦਿਲ ਕਰਦਾ ਬੰਦਾ ਇਹਨੂੰ ਵੇਖੀ ਨਹੀਂ ਜੀ ਇਹ ਬਹੁਤ ਅੱਛਾ ਘੋੜਾ ਹੈ ਹਾਂਜੀ ਇਹ ਜੀ ਸਮਝ ਜਿਹੜਾ ਫਖਰੇ ਪੰਜਾਬ ਹੈ ਨਾ ਉਸ ਦੀ ਭੈਣ ਦਾ ਬੱਚਾ ਹੈ ਅੱਛਾ ਤੇ ਜਿਹੜਾ ਇਸ ਦਾ ਪਿਓ ਹੈ ਉਹ ਆਪਣਾ ਉਹ ਕੱਕਿਆਂ ਚੂ ਆਏ ਹਮ ਸਾਵਾ ਰੰਗ ਦਾ ਘੋੜਾ ਹੀ ਜੀ ਤੇ ਇਹ ਬਹੁਤ ਨਸਲੀ ਘੋੜਾ ਹੈ ਤੇ ਬਹੁਤ ਚੰਗਾ ਘੋੜਾ ਹੈ ਮੇਰੇ ਵਿਖੋਣਾ ਜੀ ਤੁਹਾ ਨਜ਼ਰ ਵੀ ਆਂਦਾ ਪਿਆ ਅੱਛਾ ਅੱਛਾ ਇਨਸਾਫ ਸਾਡੇ ਵੇਖਣ ਵਾਲੇ ਕਰਦੇ ਹੁੰਦੇ ਨੇ ਬਈ ਘੋੜੇ ਤੁਹਾਡੇ ਮਾਸ਼ੱਲਾ ਚੰਗੇ ਸੋਹਣੇ ਸੰਭੇ ਹੋਏ ਵੀ ਹਨ ਘੋੜਿਆਂ ਦੇ ਅਸੀਨੇ ਜਿਹੜੇ ਆਣ ਉਹ ਚੌੜੇ ਹਨ ਤੁਹਾਡਿਆਂ ਦੇ ਠੀਕ ਹੈ ਨਾ ਜੀ ਜੀ ਸਾਡੇ ਘੋੜੇ ਦੀ ਹਰ ਪਾਸੇ ਨਜ਼ਰ ਵੀ ਆਂਦੇ ਪੈਣ ਬਈ ਘੋੜੇ ਹਾਂਜੀ ਸਾਡੇ ਘੋੜੇ ਹਰ ਪਾਸੇ ਪੂਰੇ ਅਸੀਂ ਭਾਈ ਕਿਉਂ ਮਲ ਕਰਾਣਾ ਜੀ ਕੈਮਰਾ ਭਾਈ ਕਿਉਂ ਮੰਦੇ ਬੈਨ ਕੱਟਾ ਟਪਾ ਹੋਏ ਨੇ ਡੇਟ ਗੋੜੀਆਂ ਦੇ ਪਾਸ ਵੀ ਤੁ ਕੱਟਾ ਟਪਾ ਕੱਟਾ ਟਪਾ ਬਿਲਕੁਲ ਬਿਲਕੁਲ ਬੜੇ ਦਾ ਸੀਨਾ ਵੇਖੋ ਗੋੜੇ ਦਾ ਸੁੰਭ ਵੇਖੋ ਗੋੜੇ ਦਾ ਕੰਨ ਵੇਖੋ ਅੱਖ ਵੇਖੋ ਹਾਂ ਜੀ ਅਰਸ਼ ਹੈ ਗੋੜੇਾਂ ਦੀ ਗੋੜਿਆਂ ਵਾਲੀ ਉਸੀ ਗੋੜਿਆਂ ਵਾਲੀ ਜਿਹਨੂੰ ਆਦੇ ਨਾ ਬਈ 16 ਬੰਦ ਪੂਰੇ ਹਾਂ ਜੀ ਉਹ ਇਨਸ਼ਾਅੱਲਾ ਇਸ ਗੋੜੇ ਦੇ ਪੂਰੇ ਠੀਕ 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 ਹੋ ਗਿਆ ਮਾਸ਼ਾਅੱਲਾ ਕੋਈ ਸ਼ੱਕ ਨਹੀਂ ਵੀ ਇਹ ਦਿਲ ਕਰਦਾ ਬੰਦਾ ਗੋੜਾ ਕਲਰ ਆਵੇ ਔਰ ਇਹਨੂੰ ਬੰਦਾ ਵਹਿੰਦਾ ਰਾਵੇ ਵੀ ਇਹਦੇ ਬੰਦ ਵੇਖ ਕੇ ਦਾ ਸੀਨਾ ਵੇਖ ਕੇ ਆ ਅਗਲੀਆਂ ਜੋੜ ਮੁੱਠੇ ਗਮਚੀਆਂ ਕਾਨ ਕਨੋਤੀ ਸੋਮਬ ਮਾਸ਼ਾਅੱਲਾ ਹਰ ਪਾਸਿਓਂ ਬੁੱਥੀ ਗੋੜਾ ਪੂਰਾ ਜੀ ਇਨਸ਼ਾਅੱਲਾ ਪੂਰਾ ਜੀ ਇਨਸ਼ਾਅੱਲਾ ਪੂਰਾ ਚਲੋ ਮਾਸ਼ਾਅੱਲਾ ਅਗਲਾ ਗੋੜਾ ਲੈ ਆਓ ਜੀ ਕੀ ਉਸਤਾਦ ਜੀ ਇਹ ਖੂਬਸੂਰਤ ਮੂਰਤ ਮੈਂ ਅਕਸਾ ਹਾਂ ਜੀ ਘੋੜਾ ਵੱਤ ਵੱਧ ਕਰਦੇ ਪਿਓ ਯਕੀਨ ਕਰੋ ਵੀ ਮੈਂ ਤੇ ਉਹ ਨਾ ਆ ਵੇਖਣਾ ਜਿਵੇਂ ਸਵਾਣੀਆਂ ਦੇ ਵਾਲ ਹੁੰਦੇ ਨੇ ਹਾਂ ਜੀ ਸਾਡੇ ਇਨਸ਼ਾਅੱਲਾ ਇੱਕ ਦੂਏ ਤੋਂ ਵਾਦ ਬੰਦੇ ਆਈਡੀਅਲ ਮਸ਼ੂਕ ਦੇ ਵਾਲ ਜੀ ਜੀ ਹਾਸ ਘੋੜੇ ਦੇ ਵਾਲ ਹਨ ਜੀ ਇਨਸ਼ਾਅੱਲਾ ਅੱਛਾ ਗੱਲ ਸ਼ੁਰੂ ਕਰਨ ਤੋਂ ਪਹਿਲੇ ਮੈਨੂੰ ਇਹ ਦੱਸੋ ਜੀ ਭਾਈ ਨਸਲਦਾਰ ਨਸਲ ਤੁਸੀਂ ਘੋੜਿਆਂ ਦੇ ਵਿੱਚੋਂ ਨਿਜ਼ਾਬਾਜ਼ੀ ਅੱਛੀ ਬਲੈਡ ਲਾਈਨ ਤੁਹਾਡੇ ਘਰ ਦੇ ਵਿੱਚੋਂ ਨਿਕਲੀ ਜੀ ਆ ਇੱਕ ਨੇਜ਼ਾਬਾਜ਼ ਘੋੜੇ ਦੀ ਆਈਡੀਅਲ ਜਿਹੜੀ ਕੱਦ ਹੁੰਦਾ ਉਹ ਕਿਤਨਾ ਹੁੰਦਾ ਕੱਦ ਜੀ 68 ਹੂੰ 68 ਹੂੰ 68 ਹਾਂਜੀ ਤੇ ਇਹ ਜਿਹੜਾ ਕੱਦ ਇਹ ਘੋੜੇ ਦਾ ਪੂਰਾ ਕੱਦ ਹੈ ਹਾਂਜੀ ਜਿਹੜਾ ਘੋੜਾ ਹੁਣ ਤੋਂ ਛਾਵਾਂ ਵੇਖਿਆ ਹੈ ਸਾਡੇ ਫਾਰਮ ਤੇ ਜਵਲੇ موسی ਹਾਂਜੀ ਉਹ 64 ਇੰਚ ਘੋੜਾ ਹੈ ਅੱਛਾ ਹਾਂ ਉਸ ਇੱਥੇ ਨੇੜੇ ਜਿਆ ਉਸ ਜਿੱਤੇ ਕੱਦਾ ਘੋੜਾ ਕੋਈ ਨਹੀਂ ਅੱਛਾ ਹਾਂ ਤੇ ਜਿਹੜੇ ਇਹ ਇਹ ਘੋੜੇ 68 68 ਐਂਟ ਕਾ ਦੇ ਨਾ ਕੋਲੇ ਦਾ ਇਸ ਘੋੜੇ ਦਾ ਕੀ ਨਾਮ ਹੈ ਇਹਦਾ ਜੀ ਹੰਸੇ ਰਾਜ ਹੰਸੇ ਰਾਜ ਮਾਸ਼ਾ ਅੱਲਾਹ ਜਾਦਵੋ ਦਾ ਬੜਾ ਸੋਹਣਾ ਬਹੁਤ ਸੋਹਣਾ ਬਿਲਕੁਲ ਦਾ ਬੰਦਾ ਵੇਖਿਆ ਇਹਨੂੰ ਘੋੜੇ ਨੂੰ ਐ ਜੀ ਔਰ ਮਜ਼ਬੂਤ ਘੋੜਾ ਤੁਹਾਡਾ ਇਹ ਦੀ ਕੀ ਉਮਰ ਘੋੜੇ ਦੀ ਇਹ ਜੀ ਪੰਜ ਲੱਗੋਆ ਘੋੜਾ ਪੰਜ ਲੱਗਾ ਹੋਇਆ ਜੀ ਇਹ ਦੀ ਕੀ ਤਰੀਫ ਹੈ ਘੋੜੇ ਦੀ ਇਹਦੀ ਬਲੈਡ ਲਾਈਨ ਦੇ ਬਾਰੇ ਕੋ ਦੱਸੋ ਨਾ ਜੀ ਇਹ ਤੇ ਮੈਂ ਤੇ ਆਂਦਾ ਮੈਂ ਤੇ ਪਹਿਲੀ ਵਾਰੀ ਚਾਹਦੇ ਨਿਆਬ ਚੀਜ਼ ਵੇਖੀ ਹੈ ਜਾਦਵੋ ਦੇ ਵਾਲੋ ਏ ਜੀ ਮੋਰਣਿਆ ਗੋੜਿਆਂ ਚੂਏ ਹਾਂਜੀ ਇਹ ਉਸ ਜਿਹੜੇ ਛੋਟਾ ਜਿਹਾ ਦੁਆਕਾ ਇੱਕ ਸਰਲ ਆਈ ਬਲਕੇ ਜਿਵੇਂ ਅਸੀਂ ਲੈ ਹੰਦਾਈ ਅੱਛਾ ਇਹਨੂੰ ਅਸੀਂ ਆਪ ਤਿਆਰ ਕੀਤਾ ਆਪ ਇਹਨੂੰ ਬਜਾਇਆ ਹੈ ਅੱਛਾ ਤੇ ਮੁਰਗਾ ਮਾਸ਼ਾਅੱਲਾ ਇਹ ਜਿਹੜਾ ਹੈ ਨਾ ਇਸੇ ਤੇ ਮੀਂ ਉਰੀ ਸਵਾਰ ਬਣੇ ਨੇ ਹੂੰ ਹੂੰ ਇਸੇ ਘੋੜੇ ਤੇ ਸਿੱਖੇ ਨੇ ਹਾਂਜੀ ਬਹੁਤ ਅਸੂਲ ਨਾਲ ਬੈਦਾ ਤੇ ਬੜੇ ਅਸੀਲ ਤੇ ਸ਼ਰਾਫਤ ਤੇ ਬਹੁਤ ਚੰਗਾ ਬਜਣਾ ਕੀ ਕਹਿੰਦੇ ਵੋ ਉਸਤਾਦ ਘੋੜਾ ਉਸਤਾਦ ਘੋੜਾ ਹਾਂਜੀ ਜੀ ਇਹ ਬਿਲਕੁਲ ਉਸਤਾਦ ਘੋੜਾ ਕੋਈ ਜਾਨਵਰ ਹੁੰਦਾ ਐ ਐਸਾ ਜਿਹੜਾ ਕਿ ਵਾਲ ਸਿਖਾ ਛੱਡੇ ਸਵਾਰ ਜੀ ਬਿਲਕੁਲ ਹੁੰਦਾ ਬਿਲਕੁਲ ਹੁੰਦਾ ਅੱਛੇ ਨਸਲ ਅੱਛੀ ਬਲੈਡ ਲਾਈਨ ਦੇ ਘੋੜੇ ਸਿਖਾਉਂਦੇ ਅੱਛੀ ਨਸਲ ਜੀ ਸਿਖਾਉਂਦੇ ਹੂੰ ਮਾਸ਼ੱਲਾ ਗਰਾਊਂਡ ਦਾ ਕੀ ਹੋ ਜਾ ਇਹ ਜੀ ਗਰਾਊਂਡ ਦਾ ਬਹੁਤ ਅੱਛਾ ਘੋੜਾ ਹੈ ਅੱਛਾ ਚਾਲ ਘੋੜੇ ਕੋਲ ਬੜੀ ਹੈ ਬੜਾ ਘੋੜਾ ਫੇਰ ਫੇਰ ਕੇ ਟੁਰਦਾ ਹੈ ਹਾਂ ਕੰਮ ਵੀ ਘੋੜਾ ਕਰਨ ਦਾ ਚੜਿਆ ਹਾਂ ਤੇ ਵੱਜਣ ਦਾ ਬਹੁਤ ਸਾਫ਼ ਘੋੜਾ ਹੈ ਅੱਛਾ ਬਹੁਤ ਚੰਗਾ ਘੋੜਾ ਹੈ ਅੱਛਾ ਮਾਸ਼ੱਲਾ ਇਹ ਜਿੰਨੇ ਘੋੜੇ ਸਾਨੂੰ ਵਕੈਂਦੇ ਪਿਓ ਇਹਨਾਂ ਦੀ ਕੋਈ ਸਟਾਰਟ ਸਰਵਿਸ ਵੀ ਦਿੰਦੇ ਹੋ ਤੁਸੀਂ ਜਾਂ ਕੋਈ ਨਹੀਂ ਹਾਲ ਦਿੰਦੇ ਜੀ ਕੋਈ ਨਹੀਂ ਦਿੰਦੇ ਅੱਛਾ ਜੀ ਹਾਂ ਉਸ ਤੱਕ ਬਿਲ ਦੇ ਵਿੱਚ ਜਾ ਕੇ ਅੱਗੇ ਕੋਈ ਹੈ ਇਹਦਾ ਕੁਝ ਇਹ ਟੋਟਲ ਘੋੜੇ ਤੁਹਾਡੇ ਕੋ ਸਾਰੇ ਬਰਾਲ ਬਲੱਡ ਲਾਈਨ ਦੇਣ ਜੀ ਨਹੀਂ ਵਿੱਚ ਘੋੜੇ ਹੋ ਰਹੇ ਨੇ ਸਰ ਚਲੋ ਅਗਲਾ ਘੋੜਾ ਵਿਖਾਓ ਜੀ ਹਾਂ ਜੀ ਉਸਤਾਦ ਜੀ ਇਹ ਸਾਵੇ ਘੋੜੇ ਦੇ ਬਾਰੇ ਦੱਸਿਆ ਜੀ ਇਹ ਸਾਵਾ ਘੋੜਾ ਸਗੀਰ ਖਾਨ ਅਸਲ 라ਵੀਆਨ ਘੋੜਾ ਇਹ ਹੈ 라ਵੀ ਬਲੱਡ ਲਾਈਨ 라ਵੀ ਬਲੱਡ ਲਾਈਨ اچھا ਹਾਂ ਇਸ ਕੋ ਘੋੜੇ ਨੂੰ ਸਾਡੇ ਕੋ ਮਾਸ਼ਾਅੱਲਾ 5 ਸਾਲ ਹੋ ਗਏ ਅੱਛਾ ਤੇ ਹਰ ਮੇਲੇ ਦੇ ਵਿੱਚ ਇਹਨੂੰ 2-4 ਸਵਾਰ ਬਜਾਈਂਦੇ ਨੇ ਅੱਛਾ 2-4 ਸਵਾਰ ਮਤਲਬ ਇਹਦੇ ਨਾਲ ਜ਼ੁਲਮ ਕਰਦੇ ਨੂੰ ਕਰੰਨੇ ਆਇਆ ਸੀ ਤੇ ਦੂਜੇ ਲਫਜ਼ਾਂ ਜਾ ਕੇ ਜਾਵੇ ਤਾਂ ਇਹਨੂੰ ਹਰ ਦਿਆਰ ਦੇ ਵਿੱਚ ਅੱਠ-10 ਬਟੀਆਂ ਹੁੰਦੀਆਂ ਹਨ ਅੱਛਾ ਤੇ ਮਾਸ਼ਾਅੱਲਾ ਇਸ ਨਹੀਂ ਸਿਰ ਛਿੱਕਿਆ ਹਰ ਪੱਟੀ ਚੜ੍ਹ ਚੜ੍ਹ ਕੇ ਬੈਸੀ ਹਰ ਹਾਂਜੀ ਬੰਦੇ ਦੀ ਖੁਇਸ਼ ਹੁੰਦੀ ਏ ਕਿ ਯਾਰ ਮੈਂ ਇਹ ਘੋੜਾ ਪਜਾਈ ਇਹ ਘੋੜਾ ਪਜਾਈ ਮਤਲਬ ਜਿਹੜੀ ਖਾਨ ਕਮਰ ਜ਼ਮਾਨ ਖਾਨ ਗੱਲ ਕੀਤੀ ਆ ਵੀ ਰਾਵੀ ਦੇ ਘੋੜੇ ਤਰਕੜੇ ਹੁੰਦੇ ਆ ਤਰਕੜੇ ਹੁੰਦੇ ਆ ਉਹ ਹਕੀ ਗੱਲ ਬਿਲਕੁਲ ਹਕੀਕਤ ਗੱਲ ਹੈ ਹਕੀਕਤ ਗੱਲ ਹੈ ਇਸ ਘੋੜੇ ਦੇ ਅਸਾਂ ਬੱਚੇ ਵੀ ਕਰਾਇਆ ਹੈ ਨਾ ਅੱਛਾ ਹਾਂ ਬੱਚੇ ਬਹੁਤ ਅੱਛਾ ਘੋੜਾ ਸੋਇਆ ਹੈ ਬੜੇ ਚੰਗੇ ਬੱਚੇ ਨੇ ਇਸਕੀ ਉਮਰ ਕਿਹ ਹੈ ਸੀ ਉਮਰ ਜੀ ਹੈ ਦੀ ਤਕਰੀਬਨ 10-11 ਸਾਲ ਦਾ ਅੱਛਾ ਮੈਂ ਫਾਰਮ ਤੇ ਵਿੰਦਾ ਬਿਆਂ ਵੀ ਤੁਹਾਡੇ ਆਲੇ ਪਾਸੇ ਆਲੇ ਜਿਵੇਂ ਨੁਕਰਿਆਂ ਦਾ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਨਾ ਜੀ ਤੁਸੀਂ ਘੋੜੇ ਰੱਖਿਓ ਹੈ ਨਾ ਚਿ ਬਲੈਡ ਲਾਈਨ ਦੇ ਰੱਖਿਓ ਹੈ ਲੇਕਿਨ ਉਹ ਉਹ ਖਸਿਆਤ ਵਾਲੇ ਘੋੜੇ ਰੱਖਿਆ ਕੀ ਹਾਂ ਜੀ ਖਸਿਆਤ ਵਾਲੇ ਜੀ ਹਾਂ ਤੇ ਦੌੜ ਦਾ ਪਿਆਰ ਲੈ ਵੀ ਜੀ ਦੌੜ ਦਾ ਪਿਆਰ अच्छा जी बिल्कुल दाड़ दा पया चलो माशाल्लाह एक आ, आ, कितनी टीम मैन क्लब दी अपने जी टीम अस ही कब जाने आ? अच्छा घोड़े ਸਾਡੇ ਕੋਲ ਜੀ 3 3 ਮਾਸ਼ਾਅੱਲਾ ਇਸ ਦਾ ਬੱਚਾ ਜਿਹੜਾ ਹੈ ਉਹ ਅਗਾ ਹਣ ਤਿਆਰ ਹੈ ਹਾਂ ਜੀ ਉਹ ਵੀ ਇਹਦੇ ਨਾਲ ਬੈਜਦਾ ਪਿਆ ਹਾਂ ਉਹ ਵੀ ਅਸੀਂ ਹੁਣ ਤੁਹਾਨੂੰ ਵਿਖਾਈਨੇ ਆ ਚਲੋ ਮਾਸ਼ਾਅੱਲਾ ਲਿਆਓ ਜੀ ਉਹ ਅਗਲਾ ਘੋੜਾ ਲਿਆਓ ਜੀ ਇਸ ਘੋੜੇ ਦੇ ਬਾਰੇ ਦੱਸਿਆ ਜੀ ਇਹ ਸਗੀਰ ਖਾਨ ਜਿਹੜਾ ਘੋੜਾ ਤੁਹਾਨੂੰ ਅੱਗੇ ਰਾਵੀਨ ਵਿਖਾਇਆ ਇਹਨਾਂ ਹਾਂ ਜੀ ਇਹ ਉਸ ਘੋੜੇ ਦਾ ਬੱਚਾ ਹੈ ਅੱਛਾ ਰਾਵੀ ਬਲੱਡ ਲਾਈਨ ਜੀ ਰਾਵੀ ਬਲੱਡ ਲਾਈਨ ਦਾ ਇਹ ਪੀਰ ਅਲਾਉਦੀਨ ਕੋਲ ਆਈ ਹਾਂ ਜੀ ਉਸ ਦੇ ਕੋਲ ਉਸਨੂੰ ਲੈ ਜਾਂਦਾ ਹੈ ਅੱਛਾ ਦੁਆ ਕਜੇ ਮੂੰ ਚੂ ਹੈ ਅੱਛਾ ਤੇ ਹੁਣ ਬਾਜੂ ਵੀ ਮਾਸ਼ਾਅੱਲਾ ਹੈ ਠੀਕ ਹੈ ਬਹੁਤ ਅੱਛਾ ਵਜਦਾ ਪਿਆ ਹੈ ਹਾਂ ਜੀ ਬੜਾ ਚੰਗਾ ਹਾਂ ਤੇ ਇਹ ਇਨਸ਼ਾਅੱਲਾ ਬੜਾ ਤਕੜਾ ਤੇ ਬੜਾ ਮਜ਼ਬੂਤ ਤੇ ਬੜਾ ਵੱਡਾ ਘੋੜਾ ਬਣ ਸਿ ਆ ਜੀ ਕਿੱਥੇ ਦੇ ਮਹੀਨਿਆਂ ਦੇ ਵਿੱਚ ਤੁਸੀਂ ਮੈਨੂੰ ਦੱਸਣਾ ਕਿੰਨੇ ਮਹੀਨਿਆਂ ਦਾ ਘੋੜਾ ਤੁਸੀਂ ਪਜਾ ਕੱਟਦੇ ਹੋ ਅਸੀਂ ਜੀ ਤਕਰੀਬਨ 18 ਮਹੀਨਿਆਂ ਦਾ ਵਜਾ ਲੈਨੇ ਆ ਅੱਛਾ 18 ਮਹੀਨਿਆਂ ਦਾ ਵਾੜ ਲੈਨੇ ਆ ਵਜਾ ਲੈਨੇ ਆ ਇੱਕ ਮੇਰੇ ਅਰ ਕਾ ਅਣਜਾਣ ਬੰਦਾ ਜੀ ਠੀਕ ਹੈ ਨਾ ਜਿਸ ਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਕਮਲਾ ਸਿਆਣਾ ਜੀ ਹਾਂ ਮੈਂ ਆਪਣੇ ਆਪ ਤੇ ਮਿਸਾਲ ਦਿੰਦਾ ਜੀ ਹਾਂ ਘੋੜਾ ਲੈਣ ਜਾਂਦਾ ਜੀ ਹਾਂ ਉਹਨੂੰ ਕੀ ਕੀ ਵੇਖਣਾ ਚਾਹੀਦਾ ਘੋੜੇ ਦੇ ਵਿੱਚ ਭਈ ਮੈਂ ਇਹ ਘੋੜਾ ਇਹ ਘੋੜਾ ਮੈਂ ਲੈ ਲਵਾਂ ਘੋੜੇ ਦੇ ਜੀ ਸਾਰੇ ਅੰਗ ਵੇਖਣੇ ਪੁੰਦੇ ਨੇ ਹਾਂਜੀ ਘੋੜੇ ਦਾ ਸੀਨਾ ਵੇਖਣਾ ਪੁੰਦਾ ਹੈ ਘੋੜੇ ਦਾ ਸੁੰਭ ਵੇਖਣਾ ਪੁੰਦਾ ਹੈ ਹਾਂਜੀ ਘੋੜੇ ਦਾ ਕੰਨ ਵੇਖਣਾ ਪੁੰਦਾ ਹੈ ਘੋੜੇ ਦੀ ਅੱਖ ਵੇਖਣੀ ਪੁੰਦੀ ਹੈ ਹਾਂਜੀ ਘੋੜੇ ਦੀ ਨਾਸ ਵੇਖਣੀ ਪੁੰਦੀ ਹੈ ਹਾਂਜੀ ਘੋੜੇ ਦਾ ਤਾਣਾ ਵੇਖਣਾ ਪੁੰਦਾ ਹੈ ਠੀਕ ਹੈ ਇਹ ਸਾਰੀਆਂ ਗੱਲਾਂ ਘੋੜੇ ਦੇ ਵਿੱਚ ਉਹ ਮਣ ਤਾਂ ਉਹ ਘੋੜਾ ਉਹ ਘੋੜਾ ਹੁੰਦਾ ਹੈ ਉਸਤਾਦ ਜੀ ਇਹ ਦੱਸੋ ਬਈ ਕੋਈ ਸਰਵਿਸ ਕੋਈ ਅਗਰ ਦੋਸਤ ਆਖੇ ਬਈ ਉਸਤਾਦ ਉਹਨਾਂ ਨੂੰ ਸਾਡੇ ਕੋਲ ਗੱਲੋ ਉਸਤਾਦ ਉਹਨਾਂ ਸਾਡੇ ਘੋੜੇ ਵੀ ਤਿਆਰ ਕਰਕੇ ਦੇਵਣ ਤੇ ਹੈ ਕੋਈ ਚਾਂਸ ਹੈ ਵੀ ਉਸਤਾਦ ਉਹਨੇ ਜਾ ਕੇ ਕਿਸੇ ਦੇ ਘੋੜੇ ਕੋਈ ਜੀ ਜੀ ਔਖੀ ਗੱਲ ਹੀ ਹੈ ਅੱਛਾ ਵੀ ਕੰਨ ਸੀ ਖਾਲੀ ਕੋਈ ਜੀ ਔਖੀ ਗੱਲ ਇਹ ਸਵਾਲ ਸਾਡੇ ਤੇ ਹੁੰਦੇ ਨੇ ਮੈਂ ਤਾਂ ਵਾਸਤੇ ਪੁੱਛਦਾ ਵਾਂ ਸਾਡੇ ਕੋਲ ਨਹੀਂ ਨਹੀਂ ਜੀ ਉਹ ਇਹ ਗੱਲ ਬਿਲਕੁਲ ਸਵਾਲ ਹੁੰਦੇ ਨੇ ਲੇਕਿਨ ਔਖੀ ਗੱਲ ਹੈ ਅੱਛਾ ਉਸਤਾਦ ਜੀ ਕੋ ਘੋੜਾ ਅਗਰ ਤੁਹਾਡੇ ਕੋਲ ਭੇਜਦੇ ਹੋਣ ਇੱਥੇ ਤਾਂ ਕੋ ਬਾਨ ਕੇ ਤਿਆਰ ਕਰ ਦੇ ਸੋ ਘੋੜਾ ਤੁਸੀਂ ਅਸੀਂ ਕੋਈ ਇੱਥੇ ਕੋਈ ਲੱਗਦਾ ਬੰਦਾ ਹੋਵੇ ਨਾ ਵੀ ਜਿਹੜਾ ਮਜਬੂਰ ਕਰ ਲਏ ਹਾਂਜੀ ਉਸ ਦੀਏ ਬੁੱਤੀ ਅਸੀਂ ਕੱਢ ਸਕਨੇ ਆ ਅੱਛਾ ਕੀ ਹੁੰਦਾ ਕੋਈ ਇੱਕ ਅੱਧਾ ਘੋੜਾ ਹੋ ਸਕਦਾ ਜਿਆਦਾ ਸਾਡੇ ਕੋਲ ਟਾਈਮ ਜਿਹੜਾ ਹੈ ਨਾ ਉਹ ਇਤਨਾ ਨਹੀਂ ਕਿ ਅਸੀਂ ਘੋੜੇ ਤਿਆਰ ਕਰੀਏ ਚਲੋ ਮਾਸ਼ਾਅੱਲਾ ਤੁਹਾਡੇ ਕੋਲ ਆਪਣੇ ਕੋ ਕਾਫੀ ਸਾਰੇ ਘੋੜੇ ਐਸ ਘੋੜੇ ਦੇ ਬਾਰੇ ਦੱਸਿਆ ਜੀ ਇਹ ਘੋੜਾ ਜੀ 골ਡਨ ਘੋੜਾ ਹੈ ਅੱਛਾ ਬੜਾ ਅੱਛਾ ਘੋੜਾ ਹੈ ਅੱਛਾ ਤੇ ਬੱਚਿਆਂ ਵਾਸਤੇ ਅਸਾਂ ਰੱਖਿਆ ਹੋਇਆ ਹੈ ਇਹ ਮੀਰ ਸਾਹਿਬ ਦੇ ਬੱਚਿਆਂ ਨੂੰ ਸ਼ੌਕ ਹੈ ਅੱਛਾ ਬੱਚੇ ਉਹਦੇ ਹੰਦੇ ਨੇ ਉਹ ਚੜਦੇ ਨੇ ਅੱਛਾ ਤੇ ਇਹ ਇੱਕ ਬੱਚਿਆਂ ਦਾ ਖਿਡਾ ਮਾਣਨ ਵਾਸਤੇ ਰੱਖਿਆ ਹੈ ਮਤਲਬ ਬਿਲਕੁਲ ਮੈਂ ਸਮਝਦਾ ਪਿਆ ਵੀ ਉਹਨਾਂ ਦੇ ਬੱਚਿਆਂ ਦਾ ਉਸਤਾਦ ਘੋੜਾ ਇਹ ਬੱਚੇ ਇਹਦੇ ਤੇ ਵਾਲ ਸਿੱਕਦੇ ਵੈਨ ਮਾ ਚੰਗਾ ਚੜਸਨ ਚੰਗਾ ਤਾਂ ਇਹ ਵੀ ਮਾ ਚੰਗਾ ਇਹ ਬੜਾ ਚੰਗਾ ਬੜਾ ਹੈ ਮਜ਼ਬੂਤ ਘੋੜਾ ਛੋਟਾ ਕਾਣ ਦੇ ਲੇਕਨ ਮਜ਼ਬੂਤ ਹੈ ਅਸਲੀ ਸ਼ਰਾਫ ਹੈ ਹਾਂਜੀ ਤੇ ਕਾਦਾ ਥੋੜਾ ਜਿਹਾ ਛੋਟਾ ਹੈ ਹਾਂਜੀ ਤੇ ਇਹ ਅਸੀਂ ਮੀਆਂ ਸਾਹਿਬ ਦੇ ਬੱਚਿਆਂ ਵਾਸਤੇ ਰੱਖਿਆ ਹੋਇਆ ਹੈ ਕੀ ਉਮਰ ਹੈ ਇਸ ਘੋੜੇ ਦੀ ਉਮਰ ਜੀ ਇਹਦੀ ਤਕਰੀਬਨ 7 ਸਾਲ ਹੈ 7 ਸਾਲ ਨੀਜ਼ਾਬਾਦ ਚੰਗਾ ਘੋੜਾ ਹੈ ਹਾਂ ਹਾਂ ਤੇ ਇਹ ਰੱਖਿਆ ਸਿਰਫ ਬੱਚਿਆਂ ਵਾਸਤੇ ਅਚੋ ਉਸਤਾਦ ਜੀ ਮੈਂ ਸਾਰੇ ਘੋੜੇ ਤੁਹਾਡੇ ਵੇਖ ਜੀ ਹਾਂ ਆ ਆਖਰੀ ਇੱਕ ਦੋ ਸਵਾਲ ਹਨ ਤੁਹਾਡੇ ਤੇ ਜੀ ਕਿ ਸਾਰੇ ਘੋੜੇ ਤੁਹਾਡੇ ਸੌਖੇ ਨੇ ਜੀ ਇਹ ਕੀ ਰਾਜ਼ ਹੈ ਇਹ ਜੀ ਰਾਜ਼ ਇਹ ਰਾਜ਼ ਤੁਸੀਂ ਐਜ਼ ਇੱਕ ਦੇਵਨਾ ਅਮਾਨਤ ਤੌਰ ਤੇ ਦੇਵਨਾ ਲੋਗੇ ਜੀ ਆਹ ਤਾਂ ਜੀ ਇਹਨਾਂ ਦੇ ਵਿੱਚ ਇਹ ਹੈ ਕਿ ਇਹਨਾਂ ਘੋੜਿਆਂ ਦਾ ਅਸੀਂ ਜਿਹੜਾ ਫੀ 2 ਕਿਲੋ ਦਾਣਾ ਹੈ ਨਾ ਉਹ ਨਹੀਂ ਚੁਕਾਈਂਦੇ ਦਾਣੇ ਦੇ ਵਿੱਚ ਕੀ ਕੀ ਦਿੰਦੇ ਦਾਣਾ ਇਹ ਜੀ ਸਿਰਫ ਅਸੀਂ ਜਵੀ ਦਾ ਦਾਣਾ ਹਾਂਜੀ ਤੇ ਕਰਾ ਅੱਛਾ ਕਿਲੋ ਜਵੀ ਤੇ ਕਿਲੋ ਚੌਕਾ ਕਰਾ ਪਾ ਕੇ ਨਾ 2 ਕਿਲੋ ਦਾਣਾ ਜਿਹੜਾ ਹੈ ਨਾ ਉਹ ਅਸੀਂ ਸਵੇਰੇ ਨਨ ਤੂੜੀ ਤੇ ਪਾਨੇ ਆ ਤੂੜੀ ਤੇ ਪਾ ਦਿੰਦੇ ਰਾਤ ਨੂੰ ਅਸੀਂ ਇਹਨਾਂ ਨੂੰ ਲੂਸਣ ਤੇ ਚਰੇ ਅੱਛਾ ਉਹ ਮਿਕਸ ਕਰਕੇ ਗੁਤਰ ਕੇ ਪਾਨੇ ਆ ਅੱਛਾ ਤੇ ਹਫਤੇ ਦੇ ਵਿੱਚ ਦੋ ਵਾਰੀ ਇਹਨਾਂ ਨਾਲ ਅਸੀਂ ਜਿਹੜਾ ਨਾ ਮਿਸਾਲਾ ਅੱਛਾ ਉਹ ਗੋੜਿਆਂ ਦੇਨੇ ਆ ਠੀਕ ਹੈ ਨਾਲ ਗੋੜਿਆਂ ਨਾਲ ਅਸੀਂ ਤੇਲ ਵੀ ਦੇਨੇ ਆ ਠੀਕ ਹੈ ਤੇਲ ਕਿਤਨੀ ਮਿਖਤਾਰ ਹੀ ਦਿੰਦੇ ਹੋ ਕਿਵੇਂ ਦਿੰਦੇ ਹੋ ਤੇਲ ਤੇਲ ਜਿਹੜਾ ਸੀ ਉਹ ਕਰੈਨੇ ਆ ਨਾ ਵੰਡਾ ਕਰੈਨੇ ਆ ਹਾਂਜੀ ਉਸ ਦੇ ਵਿੱਚ ਅਸੀਂ ਮਤਲਬ ਹੈ ਕਿ ਦੋ ਟਾਂਕਰ ਤੇਲ ਜਿਹੜਾ ਹੈ ਨਾ ਸਰੀ ਹੁੰਦਾ ਸਰੀ ਹੁੰਦਾ ਉਹ ਉਸ ਵੰਡੇ ਦੇ ਵਿੱਚ ਅਸੀਂ ਪਾ ਦਿੰਦੇ ਪਾਣੀ ਵੀ ਮੈਂ ਵਿੰਦਾ ਪੀਆ ਤੁਹਾਡਾ ਫਿਲਟਰ ਲੱਗਾ ਹੋਇਆ ਫਿਲਟਰ ਲੱਗਾ ਹੋਇਆ ਫਿਲਟਰ ਲੱਗਾ ਹੋਇਆ ਫਿਲਟਰ ਵਾਲਾ ਪਾਣੀ ਪੀਂਦੇ ਨੇ ਹਾਂਜੀ ਤੇ ਮਾਲਕ ਨੂੰ ਬਹੁਤ ਪਿਆਰੇ ਘੋੜੇ ਨੇ ਉਹ ਸ਼ਾਮ ਨੂੰ ਮਰਬਾ ਵੀ ਜਿਹੜਾ ਹੈ ਨਾ ਉਹ ਵੀ ਸਿਆਂ ਦਾ ਇਹ ਜ਼ਰੂਰ ਖਾਂਦੇ ਪੁੱਤ ਮੜਾ ਆਪਣੀ ਪੌਂਚ ਦੀ ਗੱਲ ਹੈ ਪੌਂਚ ਦੀ ਗੱਲ ਹੈ ਉਹ ਸ਼ਾਮ ਨੂੰ ਆ ਕੇ ਆਪ ਮਰਬਾ ਖਵਾ ਜਾਂਦਾ ਹੈ ਅੱਛਾ ਹ ਜਿਸੜੇ ਪਿਛਲਾ ਟਾਈਮ ਆਉਣਾ ਨਾ ਚਾਰ ਪੰਜ ਦਾ ਟਾਈਮ ਉਹ ਸੜੇ ਨਾ ਗੇਟਾਂ ਹੀ ਲੱਗੇ ਹੋਏ ਆਉਣਾ ਅੱਛਾ ਮਤਲਬ ਇਹਨਾਂ ਨੂੰ ਪਤਾ ਲੱਗ ਜਾਂਦਾ ਬਈ ਮਾਲਕ ਦਾ ਇੰਤਜ਼ਾਰ ਹੈ ਚੁੰਦੇ ਮਾਲਕ ਦੀ ਬਈ ਉਹ ਮਰਬਾ ਲੈ ਕੇ ਆ ਰਿਹਾ ਹਾਂ ਚਲੋ ਉਸਤਾਦ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇਨਸ਼ਾਅੱਲਾ ਮੋੜ ਕੋਈ ਤੁਹਾਡੇ ਨਾਲ ਨਿਸ਼ਚਿਤ ਤੋਂ ਸੀ ਗੋੜਿਆਂ ਦੇ ਖੁਰਾਕ ਦੇ ਹਵਾਲੇ ਦੇ ਨਾਲ ਇਨਸ਼ਾਅੱਲਾ ਉਹ ਤੁਹਾਡੇ ਕੋਲ ਅਸੀਂ ਡਿਟੇਲ ਦੇ ਨਾਲ ਪੁੱਛਾਂਗੇ ਇਨਸ਼ਾਅੱਲਾ ਜ਼ਰੂਰ ਦੱਸਾਂਗੇ ਅਗੇਨ ਸ਼ੁਕਰੀਆ ਭਾਈ ਜਾਸਰ ਟਿਵਾਣਾ ਸਾਹਿਬ ਦਾ ਕਿ ਜਿਹੜੇ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਸਾਡੇ ਪ੍ਰੋਗਰਾਮ ਦੀ ਲੀਡ ਆਨ ਭਾਈ ਕਯੂਮ ਬਰਾਲ ਸਾਹਿਬ ਸ਼ੁਕਰੀਆ ਭਾਈ ਦਾ ਮੈਂ ਮਿਹਰਬਾਨੀ ਜਨਾਬ ਮਿਹਰਬਾਨੀ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੇਣਾ ਉਸਤਾਦ ਜੀ ਬਹੁਤ ਸ਼ੁਕਰੀਆ ਇਹਨਾਂ ਵਾਲੇ ਆਪਣੇ ਵੀਰ ਸਗੀਰ ਅਬਾਸ ਜਿੰਦ ਦੇ ਇਜਾਜ਼ਤ ਰਬਰਾ